किलो लार बाहर आ गई हो एरी भी यार खाई है बंदी पे हो 2 किलो मेरी है ये नाल दा नाल दी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਮੈਂ ਹਾਂ ਤੁਹਾਡਾ ਆਪਣਾ ਆਰੀਅਨ ਅਤੇ ਤੁਹਾਡਾ ਸਵਾਗਤ ਆ ਸਾਰਿਆਂ ਦਾ ਏ ਵੀ ਵਲੋਗ 'ਚ ਅੱਜ ਹੈਗਾ ਸੀ ਸੰਡੇ ਆਪਾਂ ਸੋਚਿਆ ਇਹਨੂੰ ਫੰਡੇ ਕਿਉਂ ਨਾ ਬਣਾਇਆ ਜਾਵੇ ਇਸ ਲਈ ਅੱਜ ਆਪਾਂ ਸੋਚਣ ਨੇ ਚੈਂਬਰ ਲਾਇਆ ਜਾਵੇ ਅਤੇ ਹੁਣ ਚੈਂਬਰ ਦੀਆਂ ਤਿਆਰੀਆਂ ਕਰਨੇ ਆ ਅਤੇ ਤੁਹਾਨੂੰ ਹੁਣੇ ਆਪਾਂ ਮਿਲਦੇ ਹਾਂ ਬਾਜ਼ਾਰ ਜਾ ਕੇ ਪਹਿਲਾਂ ਮੈਂ ਮਿਲਾ ਦਾਂ ਕੌਣ ਕੌਣ ਆਇਆ ਆ ਜਗੜਨ ਬਲੈਲ ਆਦਾ ਘੋੜਿਆ ਆਸ਼ੂ ਯਾਰ ਮੈਂ ਕਿਹਾ ਦੱਸ ਦੀਏ ਸਮਾਨ ਸਮੂਨ ਸਾਰਾ ਕੁਛ ਲੱਲਿਆ ਆ ਵਾ ਹੁਣ ਆਪਾਂ ਬਸ ਚਿਕਨ ਲੱਲਿਆ ਕੋਲੇ ਲੱਲੇ ਥੋੜ੍ਹਾ ਜਿਹਾ ਸਮਾਨ ਰਹਿ ਗਿਆ ਹੁਣ ਥੋੜ੍ਹੀਆਂ ਜਿਹੀਆਂ ਗੁੱਡੀਆਂ ਲੈਣੀਆਂ ਅਤੇ ਐਂ ਪੂਰਾ ਮਾਹੌਲ ਬਣਾ ਦੇਣਾ ਸੰਡੇ ਦਾ ਚੈੱਕ ਕਰੋ ਐਂ ਮਾਹੌਲ ਬਣਿਆ ਪਿਆ ਪੂਰਾ ਸੰਡੇ ਦਾ ਅਤੇ ਹੁਣ ਆਪਾਂ ਜਦ ਆਹ ਵੇਖੋ ਸਮਾਨ ਵਿਖਾ ਦਈਏ ਤੁਹਾਨੂੰ ਮੈਂ ਕਿਹਾ ਦੱਸ ਦੀਏ ਸਮਾਨ ਵੀ ਲੱਲਿਆ ਵਾ ਅਤੇ ਹੁਣ ਤੁਹਾਨੂੰ ਮੈਂ ਮਿਲਦਾ ਵਾਂ ਕੋਠੇ ਜਾ ਕੇ ਜਦੋਂ ਆਪਾਂ ਕੋਠੇ ਜਾ ਕੇ ਚੈਂਬਰ ਲਾਵਾਂਗੇ ਉੱਥੇ ਜਾ ਕੇ ਮਿਲਦਾ ਤੁਹਾਨੂੰ ਅਤੇ ਜੁੜੇ ਰਹੋ ਅਤੇ ਵਲੋਗ ਨੂੰ ਪਿਆਰ ਦਿਓ ਅੱਗੇ ਤੁਸੀਂ ਪਿਛਲੇ ਵਲੋਗ ਨੂੰ ਮਾਸਾ ਪਿਆਰ ਨਹੀਂ ਦਿੱਤਾ ਬਹੁਤ ਘੱਟ ਲਾਈਕ ਅਤੇ ਵਿਊ ਆਏ ਉੱਤੇ ਹੁਣ ਆਹ ਵਲੋਗ ਪਿਛਲੇ ਵਲੋਗ ਦੀ ਸਾਰੀ ਕਸਰ ਕੱਢ ਦਿਓ ਜੇ ਉਹ ਵਲੋਗ ਨਹੀਂ ਵੇਖਿਆ ਤਾਂ ਇਸ ਤੋਂ ਬਾਅਦ ਜਾ ਕੇ ਉਹ ਵੀ ਵੇਖੋ ਚਲੋ ਚੰਗਾ ਫਿਰ ਦੱਸ ਦਈਏ ਆ ਚੁੱਕੇ ਹਾਂ ਹੁਣ ਆਪਾਂ ਘਰ ਅਤੇ ਆਹ ਵੇਖੋ ਆਹ ਹੁਣ ਆਇਆ ਜੇ ਲੇਟ ਲਤੀਫ ਪਿੰਡ ਗਿਆ ਸੀ ਕਿਤੇ ਕੰਮ ਉੱਤੇ ਆਹ ਵੇਖ ਲਓ ਚਿੱਬੀ ਚੂਈ ਮੂਈ ਆ ਜਾ ਤੁਸੀਂ ਇਹਨੂੰ ਜਾਣਦੇ ਹੀ ਜੇ ਫਿਰ ਇਹਨੂੰ ਤਾਂ ਜਾਣਦੇ ਹੀ ਚੰਗੀ ਤਰ੍ਹਾਂ ਆਹ ਸਾਡਾ ਜੱਗੂ ਭਰਾ ਜਿਹੜਾ ਬਹੁਤ ਬਿਜ਼ੀ ਰਹਿੰਦਾ ਹੈ ਨਾ ਜੱਗੂ ਆਹ ਹੱਦਾ ਕਹਿੰਦਾ ਮੈਂ ਵਲੋਗ 'ਚ ਨਹੀਂ ਆਇਆ ਸ਼ਰਮਾਉਂਦਾ ਬੜਾ ਕੀ ਵੇਖਿਆ ਹੁਣ ਨਿਆਣੇ ਨੇ ਕਹਿ ਤਾ ਲਾਈਕ ਕਰੋ ਅਤੇ ਲਾਈਕ ਕਰਨੀ ਹੀ ਪੈਣੀ ਹੁਣ ਹੁਣ ਯਾਰ ਆਪਾਂ ਗੁੱਡੀ ਗਾਡੀ ਉਡਾਣੇ ਆ ਗੁੱਡੀ ਗਾਡੀ ਉੱਡਣ ਹੀ ਨਹੀਂ ਦਈ ਉਹ ਕਿਉਂ ਨਹੀਂ ਉੱਡਣ ਦੀ ਉੱਧਰ ਯਾਰ ਆਹ ਵੇਖੋ ਇੱਥੇ ਗੁੱਡੀ ਨਹੀਂ ਉੱਡਣ ਦੀ ਜਿੱਧਰ ਨੂੰ ਆਪਾਂ ਉਡਾਣੀ ਆ ਉਹ ਵੇਖੋ ਅੱਗੇ ਗੁੱਡੀ ਗੁੱਡੀ ਵੈਸੇ ਵਧੀਆ ਸੰਡੇ ਜਾਣਦੇ ਹਾਲੇ ਤੱਕ ਹੁਣ ਇੱਕ ਅੱਧੇ ਦੇ ਚਾੜੇ ਵੱਜਣ ਲੱਗੇ ਸੀ ਸਾਡੇ ਕੋਲ ਹੈ ਨਾ ਓਏ ਯਾਰ ਬ੍ਰਦਰ ਮੈਂ ਤੈਨੂੰ ਪਤਾ ਜਦੋਂ ਮੈਂ ਲੜਾਈ ਤੇ ਹੋਣੀ ਹੋਣੀ ਆ ਆ ਮੈਂ ਫਿਰ ਡਰਦਾ ਕਿ ਇਹਦਾ ਬਦਮਾਸ਼ ਤੇ ਆ ਵੇਖੋ ਯਾਰ ਪੈਸੇ ਮੁੱਕੀ ਜਾਣਦੇ ਪੈਸੇ ਲੱਗੀ ਜਾਣਦੇ ਆ ਵੇਖੋ ਨਾਂਗੇ ਹੋਈ ਜਾਣਦੇ ਸਾਰੇ ਇਹਨੇ ਇਹ ਤਾਂ ਹੈਗਾ ਹੀ ਨਾਂਗਾ ਆਹ ਮੇਰਾ ਭਰਾ ਬੜੇ ਪੈਸੇ ਖਰਚਦਾ ਜੇ ਮਜ਼ਾਕ ਕੀਤਾ ਫੁੱਲੀ ਨਾ ਹੈ ਨਾ ਵੀ ਚਲੋ ਕੋਈ ਨਾ ਹੁਣ ਥੋੜ੍ਹਾ ਜਿਹਾ ਸਮਾਨ ਰਹਿ ਗਿਆ ਪੈਸਿਆਂ ਦਾ ਲੈਣਾ ਹੁਣੇ ਫਿਰ ਤੁਹਾਨੂੰ ਬਾਹਰ ਜਾ ਕੇ ਮਿਲਦੇ ਹਾਂ ਲੈ ਸਾਡੇ ਸਿੰਗਰ ਸਾਹਿਬ ਚੈੱਕ ਕਰੋ ਆਹ ਡੋਰ ਸਾਫ ਕਰਾ ਦਿਆ ਹੀ ਨਾਲ ਹੀ ਜੇਬਾਂ ਜਾਂ ਪਲੇ ਹੀ ਹੈ ਕੰਗਾਲੀ ਇੱਧਰ ਵੇਖ ਦੇ ਉਹ ਲਓ ਨੁਕਸਾਨ ਉਹ ਚੱਲਾ ਹੀ ਬਚ ਗਿਆ ਤੇ ਹੁਣ ਮੈਂ ਸੋਚਿਆ ਆਪਾਂ ਵੀ ਥੋੜ੍ਹੀ ਬਹੁਤੀ ਗੁੱਡੀ ਢਾਲੀਏ ਪਰ ਢਾਲ ਲੱਗੇ ਤੇ ਆਵਾਜ਼ ਬੰਦ ਹੋ ਗਈ ਸਾਰੀਆਂ ਗੁੱਡੀਆਂ ਗਾਡੀਆਂ ਲੱਗ ਚੁੱਕੀਆਂ ਏ ਹੁਣ ਵੇਖਦੇ ਫਿਰ ਕੋਲੇ ਪਾਲਣੇ ਚਾਲੂ ਕਰਦੇ ਆ ਹੋਰ ਕੀ ਆ ਵਿਹਲੇ ਤਾਂ ਨਹੀਂ ਬਹਿਣਾ ਆਹ ਵੇਖੋ ਮੈਨੂੰ ਕਹੀ ਜਾਂਦਾ ਬਸ ਕਰ ਜੱਗੋ ਇੱਧਰ ਵੇ ਸ਼ਰਮਾਈ ਦਾ ਨਹੀਂ ਹੁੰਦਾ ਓਏ ਇੱਕ ਵਾਰ ਫਿਰ ਵੀ ਸਾਰੇ ਕਹਿ ਦਿਓ ਆਹ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਬੜੀ ਮਿਹਨਤ ਲੱਗਦੀ ਯਾਰ ਵੀਡੀਓ ਬਣਾਉਣ ਲੱਗਿਆ ਕੋਈ ਨਾ ਭਰਾ ਤੁਸੀਂ ਡਿਸਲਾਈਕ ਵੀ ਮਾਰੋ ਘੱਟੋ ਘੱਟ ਵਿਊ ਤੇ ਵਧਾਓ ਕੋਈ ਚੱਕਰ ਨਹੀਂ ਹੈਗਾ ਹੁਣ ਸਾਡਾ ਸਾਰਾ ਸਮਾਨ ਹੋ ਚੁੱਕਾ ਹੈ ਕੰਪਲੀਟ ਚਿਕਨ ਸ਼ਿਕਨ ਸਭ ਕੁਛ ਪਿਆ ਹੈ ਰੈਡੀ ਹੋਣ ਲੱਗੇ ਆ ਹੁਣ ਟਾਈਮ ਹੋਇਆ ਉਹ ਟਾਈਮ ਕਿੰਨਾ ਆ ਵਾ ਉਹ 4:40 ਹੋਏ ਤੇ 5:30 ਆਪਾਂ ਪੂਰੇ ਚੈਂਬਰ ਚਾਲੂ ਕਰ ਦੇਣਾ ਠੀਕ ਆ ਨਾ ਕੋਈ ਨਾ ਤੁਹਾਨੂੰ ਉਵੇਂ ਖਵਾ ਤਾਂ ਨਹੀਂ ਸਕਦੇ ਬਟ ਤੁਸੀਂ ਵੇਖ ਵੇਖ ਕੇ ਨਜ਼ਾਰੇ ਲੈ ਲਿਓ ਹੈ ਨਾ ਵੀ ਹੈ ਨਾ ਬੁੱਲਣਾ ਓਏ ਇਹ ਕਹਿੰਦਾ ਕਹਿੰਦੇ ਜੀ ਆਹ ਮੁੰਡਾ ਪੂਰੀ ਸਟਰਗਲ ਕਰਨ ਦਿਆ ਟੁੰਡ ਜੇ ਪਰਾਂ ਕਰ ਲਾ ਪੂਰੀ ਸਟਰਗਲ ਕਰਨ ਦਿਆ ਮੁੰਡਾ ਹੈ ਆਹ ਵੇਖ ਲਓ ਸਾਡੇ ਵਰਗਾ ਲੈ 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 ਕਿੱਥੇ ਭੱਜੇਗਾ
ਬੁੱਲਡ ਹੈਗਾ ਨੀ ਯਾਰ ਹੁਣ ਯਾਰ ਬਹੁਤ ਜ਼ਿਆਦਾ ਹੀ ਟਾਈਮ ਲੱਗਣ ਦਿਆ ਵੇਖੋ ਫੁੱਲ ਸਟਰਗਲ ਹੋ ਰਿਹਾ ਹੈ ਕੋਈ ਨਾ ਬਲ ਜਾਂਦੇ ਹੁਣ ਕੋਲੇ ਜਦੋਂ ਹੁਣ ਕੋਲੇ ਸ਼ਗਨ ਹੋਊਗਾ ਚੈਂਬਰ ਮੇਰੇ ਚੈਂਬਰ ਜਗਨ ਸ਼ਰਮਾਈ ਨਾ ਆਈ ਸੈਲੀਬ੍ਰੇਟ ਦੀਦੀ ਥੱਲੇ ਗੱਲਾਂ ਕੈਮਰਾ ਦੁਖੀ ਕਰਨ ਦੇ ਬਿੱਲੂ ਦਾਦੇ ਕੈਮਰ ਬਲ ਨਾ ਹਰ ਗਈ ਧੂਆਂ ਧੂਆਂ ਕਰਤਾ ਬਾਲਿਆ ਕੀ ਸਵਾਈ ਤੇ ਆ ਬੁੱਲਣ ਨਹੀਂ ਦੇ ਮਾੜਾ ਮੋਟਾ ਮਾੜਾ ਮੋਟਾ ਕੀ ਹੁੰਦਾ ਪੂਰਾ ਬੱਲੇ ਬੱਲੇ ਦੇ ਧੂਆਂ ਧੂਆਂ ਕਰਤਾ ਸਾਡੇ ਮੁੰਡੇ ਦੀ ਅੱਖਾਂ ਖਰਾਬ ਹੋ ਗਈਆਂ ਹੁਣ ਇਹਦੀ ਸਟਰਗਲ ਹੋਣ ਦੇ ਗਾਈਸ ਕਹਿੰਦੇ ਆ ਮੁੰਡੇ ਨੇ ਪੂਰੀ ਸਟਰਗਲ ਕੀਤੀ ਆ ਪੂਰੇ ਕੋਲੇ ਭਖਾ ਦਿੱਤੇ ਆ ਤੇ ਆਹ ਵਿਹਲੀਆਂ ਮਾਰਨ ਵਾਲਾ ਇੱਥੇ ਬੜੀ ਖੇਚੜਦੀ ਮੈਨੂੰ ਜਦੋਂ ਆ ਵਿਹਲੀਆਂ ਮਾਰਦਾ ਨਾ ਕੋਈ ਕੰਮ ਕਦੋਂ ਨਾ ਨਕੋਰ ਆਹੋ ਚਿਕਨ ਮੈਨੂੰ ਇੱਕ ਦਿਨ ਪਤਾ ਕੀ ਕਹਿੰਦਾ ਚੌਧਰੀ ਬਣਿਆ ਸੀ ਚੰਗਾ ਕਹਿੰਦਾ ਮੈਂ ਚਿਕਨ ਸੈਸ਼ਲੇ ਖਾਣਾ ਮੈਂ ਕਿਹਾ ਬੂਥੀ ਦੇ ਤੇਰੀ ਚਾੜੇ ਖਾਣ ਵਾਲੀ ਕਹਿੰਦੇ ਮੇਰੇ ਵੀਡੀਓ ਹੁਣ ਤੁਹਾਨੂੰ ਆਪਾਂ ਉਹਦੇ ਉੱਪਰ ਲਾ ਕੇ ਮਿਲਾਂਗੇ ਆ ਚੰਗਾ ਫਿਰ ਵੀਡੀਓ ਪਹਿਲਾ ਚਿਕਨ ਦਾ ਪੀਸ ਰੱਖਣ ਜਾ ਰਹੇ ਹਾਂ ਇਹ ਆ ਰੱਖਿਆ ਗਿਆ ਈ ਜਿਹੜੀ ਬਾਤ ਇੰਨੇ ਮਿੰਟ ਲਾਣਾ ਉਹ ਲਾਣਾ ਮੱਖਣ ਪਿੰਡ ਵਸਿਆ ਨੀ ਚੋਰ ਪਹਿਲਾਂ ਹੀ ਆ ਗਏ ਜੀ ਕਿਹਦੇ ਨਾਲ ਲਾਵਾਂ ਯਾਰ ਤੁਹਾਨੂੰ ਆਪਾਂ ਐਮ ਫੋਨ ਦੇ ਵਿੱਚੋਂ ਕੱਢ ਕੇ ਦੇ ਨਹੀਂ ਸਕਦੇ ਨੇ ਤੁਹਾਨੂੰ ਦੇ ਦੇਣਾ ਸੀ ਯਾਰ ਕੋਈ ਨਾ ਹੁਣ ਤੁਸੀਂ ਵੇਖ ਵੇਖ ਕੇ ਸਾਰੋ ਕੋਈ ਚੱਕਰ ਨਹੀਂ ਹੈਗਾ ਕੋਈ ਨਾ ਯਾਰ ਤੁਸੀਂ ਮੈਨੂੰ DM ਕਰ ਦਿਓ ਇੰਸਟਾਗ੍ਰਾਮ ਤੇ ਜਿੱਥੇ ਮਰਜ਼ੀ ਆਪਾਂ ਜਦੋਂ ਮਰਜ਼ੀ ਚੈਂਬਰ ਲਾ ਲਾਂਗੇ ਬਾ ਪੈਸੇ ਲੈ ਆਇਓ ਹੈਨਾ ਵੀ ਇਹਨੂੰ DM ਕਰੋ ਜਿੰਨੀਆਂ ਕੁੜੀਆਂ ਹੈਗੀਆਂ ਸੋਹਣੀਆਂ ਸੋਹਣੀਆਂ ਸੋਹਣਾ ਮੁੰਡਾ ਮਜ਼ਾਕ ਕੀਤਾ ਤੂੰ ਫੁੱਲ ਹੀ ਗਿਆ ਅੱਗੇ ਦੋ ਵਾਰੀ ਸ਼ੀਸ਼ਾ ਵੇਟ ਨਹੀਂ ਸੱਚੀ ਗੱਲ ਸੋਹਣਾ ਹੋ ਗਿਆ ਯੂ ਸੀਰੀਅਸ ਬਣਾਈ ਜਾਓ ਘਰੇ ਉਹ ਮਾਮਾ ਮੈਂ ਉਹਨਾਂ ਨੂੰ ਵਿਖਾਣਾ ਸੀ ਰਹਿਣ ਦੇ ਤੂੰ ਆਹੋ ਵੇਖਣ ਦੇ ਉਹਨਾਂ ਨੂੰ ਸਾਰਾ ਵੀਡੀਓ ਮੋਟਾ ਲੱਗ ਗਿਆ ਤੇ ਪਤਲਾ ਲੱਗ ਕਿਹੜਾ ਹੁੰਦਾ ਇਹਦੀ ਤੇ ਪਹਿਲਾਂ ਹੀ ਕਿਲੋ ਲਾਰ ਬਾਹਰ ਆ ਗਈ ਉਹ ਇਹਦੀ ਵੀ ਦੋ ਕਿਲੋ ਮੇਰੀ ਹੈਗੀ ਓਏ ਪਿੱਛੋਂ ਪਲੇਟ ਕੱਢੀ ਦੋਨੋਂ ਪਲੇਟਾਂ ਚਿਕਨ ਸ਼ਿਕਨ ਚੱਲਣ ਲੱਗਾ ਹੈ ਪਹਿਲਾਂ ਇੱਕ ਇੱਕ ਪੀਸ ਚੈੱਕ ਕਰਨ ਲੱਗੇ ਸਾਰੇ ਆਪਣੇ ਕੋਲ ਵਾਧੂ ਕਈ ਚੀਜ਼ ਦੀ ਘਾਟ ਨਹੀਂ ਹੈਗੀ ਪਰ ਹੱਦੇ ਇਧਰਾ ਹਾਂ ਚੱਲ ਸੁਣਾ ਦੇ ਵਿਹਲੇ ਥੋੜੀ ਨਾ ਕਿੱਦਾਂ ਫਿਰ ਪੈਗੀ 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 ਵਿਚਾਰੇ ਨੇ ਲਾਲਚ ਕਰਕੇ ਵੱਡਾ ਚੁੱਕਿਆ ਤੇ ਕਹਿੰਦਾ ਹੱਡੀ ਆ ਗਈ ਧੱਕਾ ਹੀ ਹੋ ਗਿਆ ਕਿੱਦਾਂ ਬਣਿਆ ਬਹੁਤ ਸਵਾਦ ਬਣਿਆ ਤੂੰ ਦੱਸ ਬਿੱਲੂ ਕਿੱਦਾਂ ਸਹੀ ਆ ਕਿੱਦਾਂ ਠੀਕ ਆ ਓਕੇ ਚਲੋ ਖਾ ਕੇ ਮਿਲਦੇ ਖਾ ਕੇ ਮਿਲਦੇ ਮੈਨੂੰ ਤੇ ਸਹੀ ਲੱਗਣਾ ਮੈਂ ਖਾਧਾ ਨਹੀਂ ਹਲੇ ਉਹ ਕੀ ਖਾਧਾ ਜੀ ਮਿਰਚਾਂ ਲੱਗਣ ਦੀ ਕਿਨੂੰ ਸਾੜ ਪੈਣ ਦਿਆ ਆਸ਼ੂ ਨੂੰ ਆਸ਼ੂ ਨੂੰ ਆਸ਼ੂ ਨੂੰ ਪਾਓ ਯਾਰ ਪਾਓ ਪੂਰੀ ਮਿਹਨਤ ਕਰਨ ਦਿਆ ਚੱਲ ਦੱਸ ਹੁਣ ਕਿ ਮੈਂ ਪੀਣ ਦਿਆ ਵਾ ਪੀਨੇ ਆ ਟੋਰ ਨਾ ਕਹਿੰਦੇ ਆਪਣੇ ਪੈਸੇ ਦੀ ਪੀਨੇ ਔਰ ਕਹਿੰਦੇ ਕਿਹਦੇ ਪੈਸੇ ਦੀ ਪੀਨੇ ਕਿਨੂੰ ਜ਼ਿਆਦੀ ਪਈ ਗਾਣਿਆਂ ਦੀ
ਮੋਲ ਚਾਰ ਰਹਿ ਗਏ ਹੁਣ ਚੱਲ ਗਏ ਸਾਰੇ ਚੱਲ ਗਏ ਆਪਾਂ ਚਾਰ ਰਹਿ ਗਏ ਹੁਣ ਤੇ ਪੀਸ ਜ਼ਿਆਦਾ ਨੇ 1 2 ਤੀਜਾ ਮੈਂ ਤੁਹਾਡੇ ਦਿਲਾਂ ਦੀ ਧੜਕਣ ਚੱਲ ਜਾ ਚੱਲ ਜਾ ਤੇ ਚੌਥਾ ਆਪਣਾ ਸ਼ੈਫ ਤੂੰ ਟੋਪੀ ਤਾਂ ਰੱਖਿਆ ਕਰ ਚਾਰ ਜਣੇ ਰਹਿ ਗਏ ਆ ਤੇ ਪਿਆ ਹਲੇ ਵਾਧੂ ਆਹ ਚੈੱਕ ਕਰੋ ਕੈਂਡਲ ਨਾਈਟ ਡਿਨਰ ਹੋ ਰਹੇ ਨੇ ਕੈਂਡਲ ਨਾਈਟ ਡਿਨਰ ਓਪ ਅੱਗ ਲੱਗੀ ਕਹਿੰਦੇ ਮੇਰੇ ਵੀਡੀਓ ਅੱਗ ਲੱਗੀ ਅੱਗ ਲੱਗੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਅੱਗ ਲੱਗਦੀ ਰਹਿੰਦੀ ਹੁੰਦੀ ਲੋਕਾਂ ਨੂੰ ਬੜੀ ਅੱਗ ਲੱਗਣੀ ਕਈਆਂ ਨੂੰ ਜਿਹੜੇ ਮੱਚਦੇ ਆ ਹੇਟਰਾਂ ਚ ਹੇਟ ਹੈ ਤੇ ਜੱਟ ਪੂਰਾ ਠੇਟ ਹੈ ਮੈਥੋਸ ਵਾਲੇ ਸੜਦੇ ਆ ਫੀਲਿੰਗ ਗ੍ਰੇਟ ਹੈ ਕਾਪੀਰਾਈਟ ਨਾ ਜੀ ਹਾਂ ਹਾਂ ਬਸ ਤੁਸੀਂ ਹੁਣ ਪੂਰੀ ਸਪੋਰਟ ਦੇਣੀ ਆ ਵਲੌਗ ਨੂੰ ਐ ਜਿੰਨੀ ਹੋ ਸਕਦੇ ਜਿੰਨੇ ਸ਼ੇਅਰ ਕਰ ਸਕਦੇ ਕਰੋ ਕਿਉਂਕਿ ਪਿਛਲੇ ਵਲੌਗ ਨੂੰ ਪਿਆਰ ਨਹੀਂ ਮਿਲਿਆ ਤੁਹਾਡੇ ਲੋ ਇਸ ਵਾਰ ਜਿੰਨਾ ਹੋ ਸਕੇ ਉਨਾ ਸ਼ੇਅਰ ਕਰੋ ਯਾਦ ਦਿਲੋਂ ਧੰਨਵਾਦ ਬਾਕੀ ਤੁਹਾਡੇ ਸਾਰਿਆਂ ਦਾ ਆਪਾਂ ਸੋਚਿਆ ਚਾਰ ਜਣੇ ਰਹਿ ਗਏ ਆ ਚੌਥਾ ਰਾਜ ਫੇਰ ਮੁੜ ਕੇ ਆ ਗਿਆ ਰਾਜ ਫੇਰ ਕਿੱਥੋਂ ਮੁੜ ਕੇ ਆਇਆ ਫਿਰ ਕਹਿੰਦਾ ਮੈਂ ਚੱਲਾ ਮੈਂ ਵਾਜ ਮਾਰ ਲਈ ਕਹਿੰਦਾ ਮੈਂ ਵੇਖਣ ਹੀ ਦਿਆ ਕੋਈ ਆਵਾਜ਼ ਮਾਰ ਹੀ ਕਿੱਥੋਂ ਮੁੜ ਕੇ ਆ ਸਕਦਾ ਦਾਦੇ ਲੈਗ ਖਾਂਦੇ ਮਾਰਿਆ ਫੋਨ ਕਰ ਦੇਣਾ ਤੈਨੂੰ ਘਰੇ ਪਹੁੰਚਾ ਦੇਦੇ ਚੱਲ ਯਾਰ ਬੇਤੀ ਕਰਾਤੀ ਫੋਨ ਚਲਾਈ ਆ ਲੁਕੀ ਜਾਂਦਾ ਹਾਂਜੀ ਤੇ ਤੁਸੀਂ ਹੁਣੇ ਵੇਖ ਕੇ ਹਟੇ ਜੀ ਸਾਡਾ ਵਲੋਗ ਸੰਡੇ ਵਾਲਾ ਕਿਵੇਂ ਆਪਾਂ ਯਾਰ ਬੇਲੀ ਇਕੱਠੇ ਕੀਤੇ ਸਾਰੇ ਅਤੇ ਸੰਡੇ ਨੂੰ ਆਪਾਂ ਕਿਵੇਂ ਸਪੈਂਡ ਕੀਤਾ ਆਪਣਾ ਅਤੇ ਹੁਣ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ ਕਿਵੇਂ ਦਾ ਵਲੋਗ ਬਣਿਆ ਅਤੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਊਗੀ ਯਾਰ ਫਿਰ ਵੀ ਲਾਈਕ ਕਰ ਦਿਓ ਕਿਉਂਕਿ ਤੁਹਾਡੇ ਭਰਾ ਦਾ ਵਲੋਗ ਆ ਫਿਰ ਅਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਨਾ ਕੀਤਾ ਉਹ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ ਸਬਸਕ੍ਰਾਈਬਰ ਬੜੇ ਘੱਟ ਆਪਣੇ ਕੋਈ ਪੈਸਾ ਪੂਸਾ ਨਹੀਂ ਲੱਗਦਾ ਉਹ ਬਟਨ ਫ੍ਰੀ ਆ ਤੁਹਾਡੇ ਲਈ ਕੋਈ ਪੈਸਾ ਨਹੀਂ ਲੱਗਣਾ ਤੁਹਾਨੂੰ ਕਿਹੜਾ ਜਾਂ ਪੈਸੇ ਦੇਣੇ ਪੈਣੇ ਆ ਜਾਂ ਤੁਹਾਨੂੰ ਕਿਹੜਾ 5-10 ਕਿਲੋਮੀਟਰ ਚੱਲ ਕੇ ਉਹ ਬਟਨ ਤੱਕ ਜਾਣਾ ਪੈਣਾ ਵਾ ਇਸ ਕਰਕੇ ਸਬਸਕ੍ਰਾਈਬ ਵੀ ਕਰ ਲਓ ਲਾਈਕ ਵੀ ਕਰਿਓ ਅਤੇ ਵੀਡੀਓ ਨੂੰ ਪੂਰਾ ਐਂਡ ਤੱਕ ਤੁਸੀਂ ਵੇਖ ਹੀ ਲਿਆ ਹੋਣਾ ਵਾ ਜੇ ਆਹ ਸੁਣਦੇ ਹੋ ਹੈ ਨਾ ਅਤੇ ਚਲੋ ਕੋਈ ਨਾ ਹੁਣ ਕਮੈਂਟਾਂ 'ਚ ਆ ਵੀ ਦੱਸ ਦਿਓ ਕਿ ਅਗਲਾ ਵਲੋਗ ਕਦ 'ਤੇ ਆਵੇ ਚਲੋ ਬਾਏ ਟੇਕ ਕੇਅਰ